ਸਾਡੇ ਨਾਲ ਸਰਦੂਲ ਸਿਕੰਦਰ ਵੀ ਹੁੰਦਾ ਸੀਗਾ ਇਹ ਅੱਜ ਮੈਂ ਦੁਨੀਆ ਦੀ ਪਹਿਲੀ ਇੰਟਰਵਿਊ 'ਚ ਮੈਂ ਕਰ ਰਿਹਾ ਸ਼ੇਅਰ 2500-3000 ਰੁਪਏ ਤੋਂ ਸ਼ੁਰੂ ਕੀਤਾ ਪੰਛੀ ਕਬੂਤਰਬਾਜ਼ੀ ਕਰਦਾ ਆ 10 ਕੁ ਸਾਲ ਗੈਪ ਰਿਹਾ ਅਤੇ ਜਦੋਂ ਆਫਟਰ ਮੈਂ ਫੋਨ ਕਰਕੇ ਗੱਡੀ ਦੇ ਵਿੱਚ ਆਇਆ ਅਤੇ ਆਪਣੀ ਮਾਂ ਨਾਲ ਲੜ ਰਿਹਾ ਸੀ ਆਪਣੀ ਜੇ ਫੇਮਸ ਹੋਈ ਆ ਕੰਪਨੀ ਸੁਖਵਿੰਦਰ ਪੰਛੀ ਤੋਂ ਸ਼ੁਰੂ ਹੋਈ ਫੁੱਲਾਂ ਦੇ ਨਾਲ ਕੰਡੇ ਤਾਂ ਹੁੰਦੇ ਹੀ ਆ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੱਤੀ ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀ ਦੇ ਰੂਬਰੂ ਕਰਵਾਉਂਦੇ ਹਾਂ ਅਤੇ ਉਸੇ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਉਹ ਲੈਜੈਂਡਸ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਈਏ ਜਿਨ੍ਹਾਂ ਨੂੰ ਕਿ ਦੁਨੀਆ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਅਤੇ ਉਹਨਾਂ ਬਾਰੇ ਜਾਣਕਾਰੀ ਵੱਧ ਤੋਂ ਵੱਧ ਜਾਣਨਾ ਚਾਹੁੰਦੀ ਹੈ ਸੋ ਐਸੇ ਹੀ ਲੈਜੈਂਡ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ ਜਿਨ੍ਹਾਂ ਦੇ ਕਿ ਗਾਣਿਆਂ ਨੂੰ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਸੋ ਸਵਾਗਤ ਕਰਦਾ ਜੀ ਸੁਖਵਿੰਦਰ ਪੰਛੀ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਸੁਖਵਿੰਦਰ ਪੰਛੀ ਵੱਲੋਂ ਚੈਨਲ ਸਤਰੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਤੁਹਾਡਾ ਜਿਉਂਦੇ ਰਹੋ ਵਸਦੇ ਰਹੋ ਦੇਖਦੇ ਰਹੋ ਪ੍ਰੋਗਰਾਮ ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਥੈਂਕ ਯੂ ਜੀ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਯਾਦ ਕੀਤਾ ਬੁਲਾਇਆ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਅਤੇ ਹੁਣ ਆਪਾਂ ਗੱਲਬਾਤ ਕਰਦੇ ਕਿਵੇਂ ਚੱਲ ਰਿਹਾ ਅੱਜ ਕੱਲ੍ਹ ਮਤਲਬ ਕਿ ਰੁਟੀਨ ਕੀ ਚੱਲਦੀ ਹੈ ਅਗਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਦੇ ਬਾਰੇ ਇਹ ਰੁਟੀਨ ਜੀ ਮੇਰੀ ਇਹ ਮੈਂ ਪਹਿਲਾਂ ਕਾਫੀ 10 ਕੁ ਸਾਲ ਗੈਪ ਰਿਹਾ ਜੀ ਪੰਛੀ ਉੱਡ ਗਿਆ ਅਮਰੀਕਾ ਜੀ ਅਤੇ ਹੁਣ ਮੈਂ ਵਾਪਸ ਆ ਗਿਆ ਜੀ ਅਤੇ ਫਿਰ ਹੁਣ ਮੈਂ ਦੁਬਾਰੇ ਰੀਸਟਾਰਟ ਕੀਤਾ ਜੀ ਅਤੇ ਹੁਣ ਮੇਰਾ ਜੀ ਮਿਊਜ਼ਿਕ ਕਨੈਕਟ ਗਾਣਾ ਟਾਊਨ ਰਿਲੀਜ਼ ਕੀਤਾ ਇੱਕ ਪ੍ਰੀਤਮ ਫਿਲਮ ਪ੍ਰੋਡਕਸ਼ਨ ਉਹਨਾਂ ਨੇ ਮੇਰਾ ਗਾਣਾ ਰਿਲੀਜ਼ ਕੀਤਾ ਸਿੰਘ ਬਾਜਾਂ ਵਾਲੇ ਦੇ ਜੀ ਅਤੇ ਇੱਕ UK ਮਿਊਜ਼ਿਕ ਰਿਕਾਰਡ ਉਹਨਾਂ ਨੇ ਮੇਰਾ ਗੀਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਕੀਤਾ ਆ ਜੀ ਅਤੇ ਗੁਰਦਿਆਲ ਸੰਧੂ ਸਾਹਿਬ ਉਹਨਾਂ ਦੇ ਲਿਖੇ ਦੋਨੇ ਗੀਤ ਧਾਰਮਿਕ ਜੀ ਅਤੇ ਉਹ ਰਿਲੀਜ਼ ਕੀਤੇ ਆ ਜੀ ਅਤੇ ਨਨਕਾਣਾ ਬਾਬੇ ਨਾਨਕ ਦਾ ਜੀ ਅਤੇ ਹੋਰ ਹੁਣ ਨਵੇਂ ਗਾਣੇ ਕੱਲ੍ਹ ਪਰਸੋਂ ਨੂੰ ਮੇਰਾ ਗਾਣਾ ਇੱਕ ਰਿਲੀਜ਼ ਹੋ ਰਿਹਾ ਆ ਸ਼੍ਰੀ ਕੁਲਦੀਪ ਮਾਣਕ ਜੀ ਨੂੰ ਟ੍ਰਿਬਿਊਟ ਕੀਤਾ ਉਹਨਾਂ ਦਾ ਗਾਇਆ ਗੀਤ ਆ ਜੀ ਅਤੇ ਮੇਰੇ ਬਹੁਤ ਪਰਮ ਮਿੱਤਰ ਇੰਦਰ ਬਾਠ ਅਤੇ ਉਹਨਾਂ ਨੇ ਇਹ ਗੀਤ ਰਿਲੀਜ਼ ਕਰ ਰਹੇ ਕੱਲ੍ਹ ਨੂੰ ਰਿਲੀਜ਼ ਕਰ ਰਹੇ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਤੁਸੀਂ ਤਾਂ ਗਾਣਿਆਂ ਦਾ ਪਹਿਲਾਂ ਹੀ ਜ਼ਿਕਰ ਕਰਤਾ ਮੇਰੇ ਪੁੱਛਣ ਤੋਂ ਪਹਿਲਾਂ ਹੀ ਸਾਰਾ ਕੁਝ ਦੱਸਤਾ ਚਲੋ ਬਹੁਤ ਵਧੀਆ ਜੀ ਪਹਿਲਾਂ ਤਾਂ ਬੈਸਟ ਵਿਸ਼ੇ ਸਾਡੇ ਵੱਲੋਂ ਜਿਹੜਾ ਤੁਹਾਡਾ ਨਵਾਂ ਗਾਣਾ ਆ ਰਿਹਾ ਥੈਂਕ ਯੂ ਉਹਦੇ ਲਈ ਅਤੇ ਟ੍ਰਿਬਿਊਟ ਤੁਸੀਂ ਲੈਜੈਂਡ ਨੂੰ ਦੇ ਰਹੇ ਹੋ ਜੀ ਅਤੇ ਹੈ ਨਾ ਜੀ ਬਹੁਤ ਵਧੀਆ ਲੱਗਦਾ ਅਤੇ ਆਪਾਂ ਹੁਣ ਤੁਹਾਡੇ ਪਹਿਲਾਂ ਸ਼ੁਰੂਆਤ ਬੇਸਿਕ ਤੋਂ ਕਰਦੇ ਕਿ ਜਿਹੜੀ ਹੈਗੀ ਹੈ ਸੁਖਵਿੰਦਰ ਪੰਛੀ ਦੀ ਸ਼ੁਰੂਆਤ ਕਿਵੇਂ ਹੋਈ ਮੈਂ ਜੀ ਜਦੋਂ ਛੋਟਾ ਸੀ ਅਤੇ ਪਿੰਡਾਂ 'ਚ ਸਪੀਕਰ ਵੱਜਦੇ ਬਨੇਰਾਂ 'ਤੇ ਜੀ ਅਤੇ ਪਿੰਡਾਂ ਦੇ ਵਿੱਚ ਖਾੜੇ ਲੱਗਣੇ ਗਾਉਣ ਵਾਲਿਆਂ ਦੇ ਜੀ ਅਤੇ ਅਸੀਂ ਘਰੋਂ ਦੌੜ ਕੇ ਚੱਲ ਜਾਣਾ ਸਾਡੇ ਕੁੱਟ ਪੈਣੀ ਸ਼ਾਮ ਨੂੰ ਵੀ ਕਿੱਧਰ ਗਏ ਸੀ ਅਸੀਂ ਕਿਹਾ ਗਾਉਣ ਵਾਲੇ ਦੇਖਣ ਗਏ ਸੀ ਉਹ ਕਹਿੰਦੇ ਤੁਸੀਂ ਵੀ ਗਾਉਣ ਵਾਲਿਆਂ ਨਾਲ ਰਲ ਜਾਓ ਅਤੇ ਕੰਮ ਕੌਣ ਕਰੂਗਾ ਅਸੀਂ ਕਹਿਣਾ ਜੀ ਕੰਮ ਅਸੀਂ ਵੇਲੇ ਕੋਲੇ ਕਰ ਲਿਆ ਕਰਾਂਗੇ ਪਰ ਸਾਡੀ ਜਿਹੜੀ ਕੁੱਟ ਉਹ ਸਾਡਾ ਇੱਕ ਸ਼ੌਕ ਸੀਗਾ ਅਤੇ ਕੁੱਟ ਬੇਸ਼ੱਕ ਪੈ ਜਾਂਦੀ ਸੀ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਦੇ ਸੀਗੇ ਅਤੇ ਅਸੀਂ ਇਹ ਦੇਖਦੇ ਸੀ ਵੀ ਗਾਉਣ ਵਾਲਾ ਜ਼ਰੂਰ ਦੇਖਣ ਜਾਣਾ ਜੇ ਮੁਹੰਮਦ ਸਦੀਕ ਸਾਹਿਬ ਦਾ ਅਖਾੜਾ ਲੱਗਾ ਬਾਪੂ ਜੰਮਲਾ ਜੀ ਦਾ ਜਾਂ ਨਰਿੰਦਰ ਬੀਬਾ ਜੀ ਦਾ ਜਗਮੋਹਨ ਕੌਰ ਕੇ ਦੀਪ ਸਾਹਿਬ ਦਾ ਜਾਂ ਹੋਰ ਬਹੁਤ ਸਾਰੇ ਜਿਹੜੇ ਕਲਾਕਾਰ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਮੈਨੂੰ ਸ਼੍ਰੀ ਕੁਲਦੀਪ ਮਾਣਕ ਜੀ ਹਾਂਜੀ ਅਤੇ ਮੈਂ ਅਕਸਰ ਸ਼੍ਰੀ ਕੁਲਦੀਪ ਮਾਣਕ ਜੀ ਦੇ ਹੀ ਗਾਣੇ ਗਾਉਂਦਾ ਹੁੰਦਾ ਸੀ ਛੋਟਾ ਹੁੰਦਾ ਜੀ ਅਤੇ ਫਿਰ ਹੌਲੀ 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 ਫਿਰ ਮੈਨੂੰ ਇੱਦਾਂ ਬਚਪਨ ਦੇ ਵਿੱਚ ਸ਼ੌਕ ਪੈ ਗਿਆ ਵੀ ਜ਼ਿਆਦਾ ਗਾਉਣ ਵਾਲੇ ਦੇਖਣ ਜਾਣੇ ਅਤੇ ਫਿਰ ਇੱਕ ਦਿਨ ਮੇਰੀ ਮੁਲਾਕਾਤ ਵੀ ਸ਼੍ਰੀ ਕੁਲਦੀਪ ਮਾਣਕ ਜੀ ਨਾਲ ਹੋਈ ਜੀ ਅਤੇ ਕੁਲਦੀਪ ਮਾਣਕ ਜੀ ਮੇਰੇ ਪਿੰਡ ਵਿੱਚ 1978 ਵਿੱਚ ਖਾੜਾ ਲਾਉਣ ਵਾਸਤੇ ਆਏ ਕਿੰਨੀ ਏਜ ਸੀਗੀ ਉਦੋਂ ਤੁਹਾਡੀ ਮੇਰੀ 14 ਕੁ ਸਾਲ ਦੀ ਸੀ ਅੱਛਾ 14 ਸਾਲ ਦੀ ਉਮਰ ਪਹਿਲੀ ਵਾਰ ਮਿਲੇ ਸੀਗੇ ਹਾਂ ਪਹਿਲੀ ਵਾਰੀ ਮੈਂ ਮਿਲਿਆ ਬਹੁਤ ਚੜ੍ਹਾਈ ਹੁੰਦੀ ਉਸ ਵੇਲੇ ਕੁਲਦੀਪ ਮਾਣਕ ਦੀ ਬਹੁਤ ਜ਼ਿਆਦਾ ਚੜ੍ਹਾਈ ਸੀਗੀ ਨੰਬਰ 1 ਸੀਗੇ ਜੀ ਅਤੇ ਉਸ ਵੇਲੇ ਇਹਨਾਂ ਦਾ ਰਿਕਾਰਡ ਬਹੁਤ ਚੱਲਦਾ ਹੁੰਦਾ ਸੀ ਤਿੱਖਾ ਚੱਲਦਾ ਸੀ ਸੋ 11 ਮੁੱਖੋ ਸਤਨਾਮ ਬੋਲਦਾ ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਇਹ ਧਰਮ ਗੀਤ ਜਾਂ ਸਾਹਿਬਾਂ ਬਣੀ ਭਰਾਵਾਂ ਦੀ ਜੋਗੀ ਢਿੱਲੋ ਆ ਗਿਆ ਜੀ ਭਾਬੀ ਇਸ ਵਗੈਰਾ ਵਗੈਰਾ ਸਾਰੇ ਗੀਤ ਬਿਲਕੁਲ ਅਤੇ ਅਸੀਂ ਇਹ ਸਾਰੇ ਗੀਤ ਮੈਂ ਗਾਉਂਦਾ ਹੁੰਦਾ ਮੋਜੀ ਬਾਨੀ ਮੈਨੂੰ ਯਾਦ ਅੱਜ ਵੀ ਤਾਂ ਪਹਿਲਾਂ ਵੀ ਜਾ ਸਕੇ ਮੈਂ ਗਲੀਆਂ 'ਚ ਗਾਉਣਾ ਛੋਟੇ ਛੋਟੇ ਮੇਰੇ ਪਿੰਡ ਦੇ ਮੇਰੇ ਦੋਸਤ ਮਿੱਤਰ ਤਾਏ ਚਾਚੇ ਉਹਨਾਂ ਨੂੰ ਕਹਿਣਾ ਵੀ ਗਾਣਾ ਸੁਣਾ ਜਿੱਥੇ ਮੈਨੂੰ ਰੋਕਿਆ ਜੇ ਸਾਡੇ ਪਿੰਡ ਦੀਆਂ ਬੁੜੀਆਂ ਨੇ ਰੋਕਿਆ ਮੈਨੂੰ ਉਹਨਾਂ ਕਹਿਣਾ ਵੀ ਪੁੱਤ ਗਾਣਾ ਸੁਣਾ ਦੇ ਅਤੇ ਮੈਂ ਉੱਥੇ ਸੁਣਾ ਦੇਣਾ ਜੇ ਕਿਸੇ ਤਾਏ ਚਾਚੇ ਨੂੰ ਰੋਕਿਆ ਕਿਸੇ ਭੈਣ ਭਰਾ ਨੇ ਉਹਨਾਂ ਨੂੰ ਤੁਰੇ ਜਾਂਦੇ ਮੈਨੂੰ ਕਹਿਣਾ ਸਰ ਗਾਣਾ ਸੁਣਾ ਫਿਰ ਮੈਂ ਉਹਨਾਂ ਨੂੰ ਗਾਣਾ ਸੁਣਾ ਦੇਣਾ ਅਤੇ ਫਿਰ ਹੌਲੀ ਹੌਲੀ ਇੰਨਾ ਜ਼ਿਆਦਾ ਕਰੇਜ਼ ਹੁੰਦਾ ਸੀ ਸਿੰਗਿੰਗ ਦਾ ਅਤੇ ਉਦੋਂ ਐਂਟਰਟੇਨਮੈਂਟ ਇੰਨਾ ਸਾਧਨ ਨਹੀਂ ਸੀ ਹੁੰਦਾ ਪੜ੍ਹਾਈ ਵੱਲ ਵੈਸੇ ਘੱਟ ਧਿਆਨ ਹੁੰਦਾ ਪੜ੍ਹਾਈ ਵੱਲ ਸਕੂਲੇ ਜਾਣਾ ਅਤੇ ਮਾਸਟਰਾਂ ਨੇ ਉੱਥੇ ਗਾਣੇ ਸੁਣ ਲੈਣੇ ਉਹਨਾਂ ਕਹਿਣਾ ਚੱਲ ਤੈਨੂੰ ਪਾਸ ਕਰ ਦਿੰਦੇ ਅੱਛਾ ਇੱਦਾਂ ਹੀ ਸਾਡਾ ਪੜ੍ਹਾਈ ਵੈਸੇ ਫਿਰ ਬੋਰਡ ਦੀ ਕਲਾਸ ਨਹੀਂ ਹੁੰਦੀ ਜਿਵੇਂ ਹੈ ਨਾ ਆਪਾਂ ਹਾਂਜੀ ਹਾਂਜੀ 10th ਕਹਿ ਲੈਣੇ 8th ਪਹਿਲਾਂ 5th ਵੀ ਹੁੰਦੀ ਸੀਗੀ ਹੈ ਨਾ ਬੋਰਡ ਦੀ ਅਤੇ ਅਸੀਂ ਅੰਡਰ ਮੈਟ੍ਰਿਕ ਤੱਕ ਹੀ ਅਸੀਂ ਪੜ੍ਹਾਈ ਉੱਥੋਂ ਛੱਡ ਦਿੱਤੀ ਜੀ ਅੱਛਾ ਅਤੇ ਫਿਰ ਮੈਂ ਛੋਟਾ ਹੁੰਦਾ ਫਿਰ ਮਾਨਕ ਸਾਹਿਬ ਨਾਲ ਰਲ ਗਿਆ ਮਾਨਕ ਸਾਹਿਬ ਮੈਨੂੰ ਕਹਿੰਦੇ ਵੀ ਤੂੰ ਬਾਕਾ ਸਾਡਾ ਨਾ ਆ ਜਾ ਅੱਛਾ
ਅਵਤਾਰ ਬਲ, ਪ੍ਰੀਤਮ ਬਰਾੜ, ਰਮੇਸ਼ ਮੇਛੀ, ਕੇਵਲ ਜਲਾਲ, ਮਾਨਕ ਸਾਹਿਬ ਦੇ ਸ਼ਗਿਰਦ ਹੁੰਦੇ ਸੀਗੇ ਅਤੇ ਮੈਂ ਵੀ ਇਹਨਾਂ ਵਿੱਚ, ਅਤੇ ਸਾਡੇ ਨਾਲ ਸਰਦੂਲ ਸਿਕੰਦਰ ਵੀ ਹੁੰਦਾ ਸੀਗਾ, ਹਾਰਮੋਨੀਅਮ ਪਲੇਅਰ ਬੂਟਾ ਮੁਹੰਮਦ, ਅਸੀਂ ਸਾਰੇ ਮਾਨਕ ਸਾਹਿਬ ਦੀ ਟੀਮ 'ਚ ਕੰਮ ਕਰ ਰਹੇ, 30-40 ਰੁਪਏ 'ਤੇ ਅਸੀਂ ਕੰਮ ਕਰਦੇ ਰਸਤਾ ਜੀ ਨਾਲ, ਕਿਉਂਕਿ ਉਦੋਂ ਗਾਉਣ ਵਾਲਿਆਂ ਦੀ ਪੇਮੈਂਟ ਹੀ ਬੜੀ ਘੱਟ ਹੁੰਦੀ ਸੀ। ਅਤੇ ਆਪਾਂ ਜੇ ਉਹਨਾਂ ਦੀ ਪੇਮੈਂਟ ਦੀ ਗੱਲ ਕਰੀਏ ਸਿੰਗਰ ਦੀ, ਕਿਉਂਕਿ ਅੱਜ ਕੱਲ੍ਹ ਦੇ ਸਿੰਗਰ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਪੇਮੈਂਟ ਮੰਗਦੇ ਹੈ ਨਾ, ਤੁਸੀਂ ਵੀ ਜਾਣਦੇ ਹੋ ਨਾ ਇੰਡਸਟਰੀ ਦੇ ਵਿੱਚ ਅੱਜ ਕੱਲ੍ਹ ਸਿੰਗਰ ਦੇ ਰੇਟ ਬਹੁਤ ਜ਼ਿਆਦਾ ਹੋ ਗਏ। ਅਤੇ ਅਗਰ ਆਪਾਂ, ਕਿਉਂਕਿ ਕੁਲਦੀਪ ਮਾਨਕ ਸਾਹਿਬ ਲੈਜੈਂਡ ਨੇ ਹੈ ਨਾ, ਅਤੇ ਉਹਨਾਂ ਦੀ ਅਗਰ ਆਪਾਂ ਪੇਮੈਂਟ ਦੀ ਗੱਲ ਕਰੀਏ, ਉਦੋਂ ਉਹਨਾਂ ਨੂੰ ਕਿੰਨੀ ਪੇਮੈਂਟ ਮਿਲਦੀ ਸੀ ਜੀ ਤੁਹਾਨੂੰ? 30-40 ਰੁਪਏ ਜਦੋਂ ਅਸੀਂ ਰਲੇ ਸੀ ਉਦੋਂ 700-800 ਰੁਪਇਆ ਪੇਮੈਂਟ ਸੀ ਮਾਨਕ ਸਾਹਿਬ ਦੀ। ਅੱਛਾ ਜੀ, 700-800 ਰੁਪਏ, ਉਹਦੇ ਵਿੱਚੋਂ ਦੇਖ ਲਓ ਵੀ ਇੱਕ ਘੜੇ ਵਾਲਾ, ਇੱਕ ਬਾਜੇ ਵਾਲਾ, ਅਤੇ 2-3 ਸਾਜੀ ਹੁੰਦੇ ਸੀ, ਉਹਨਾਂ ਨੂੰ ਵੀ 30-40 ਰੁਪਏ ਦੇਣੇ, ਅਤੇ ਸਾਨੂੰ ਵੀ 30-40 ਰੁਪਏ ਦੇਣੇ, ਅਤੇ ਨਾਲ ਫਿਰ ਗਾਉਣ ਵਾਲੇ ਵੀ ਹੋਣੇ, ਉਹਨੂੰ ਵੀ 100-150 ਰੁਪਇਆ ਪੇਮੈਂਟ ਦੇਣੀ, ਅਤੇ ਉਹ ਦੇਖ ਲਓ ਵੀ ਉਹਦੇ ਵਿੱਚੋਂ ਡਿਸਟ੍ਰੀਬਿਊਟ ਕਰਨਾ ਪੈਸਾ, ਵੀ ਥੋੜ੍ਹੀ ਅਮਾਊਂਟ ਹੁੰਦੀ ਸੀਗੀ। ਹਾਂਜੀ, ਫਿਰ ਹੌਲੀ ਹੌਲੀ 1000 ਰੁਪਇਆ, ਫਿਰ 1500, ਫਿਰ 2000, ਹੌਲੀ ਹੌਲੀ ਪੇਮੈਂਟ। ਚਲੋ, ਇਹ ਤਾਂ ਉਹਨਾਂ ਦੀ ਹੋ ਗਈ। ਹਾਂਜੀ ਹਾਂਜੀ। ਅਤੇ ਜਦੋਂ ਤੁਸੀਂ ਪ੍ਰੋਫੈਸ਼ਨਲੀ ਗਾਣਾ ਆਪਣਾ ਪਹਿਲਾ ਰਿਲੀਜ਼ ਕੀਤਾ ਜੀ, ਅਤੇ ਉਦੋਂ ਤੁਸੀਂ ਕਿੱਥੋਂ ਸ਼ੁਰੂਆਤ ਕੀਤੀ? ਹਾਂਜੀ, ਮੈਂ ਜਦੋਂ 1990 ਦੇ ਵਿੱਚ ਮੇਰਾ ਗੀਤ ਆਇਆ ਦਿਲ ਵੱਟੇ ਦੇਵੇ ਭੈੜਾ ਛੱਲੇ ਮੁੰਦੀਆਂ, ਬਿਲਕੁਲ ਮੈਂ ਉਹਦੇ ਬਾਰੇ ਗੱਲ ਵੈਸੇ ਕਰਨੀ ਸੀ, ਤੁਸੀਂ ਜ਼ਿਕਰ ਕਰਤਾ, ਆਪਾਂ ਸੁਣਾਂਗੇ, ਪਹਿਲਾਂ ਗੱਲ ਕੰਪਲੀਟ ਕਰ ਲਈਏ। ਠੀਕ ਹੈ ਜੀ ਜੀ। ਅਤੇ ਸਾਡੀ ਉਦੋਂ ਪੇਮੈਂਟ ਜੀ, ਵੈਸੇ ਤਾਂ 3,000 ਰੁਪਏ ਲੈਂਦੇ ਸੀ। ਅੱਛਾ ਜੀ, ਸ਼ੁਰੂਆਤ ਤੁਸੀਂ ਕਰੀ? ਹਾਂ, ਸ਼ੁਰੂਆਤ 2,500-3,000 ਰੁਪਏ ਤੋਂ ਸ਼ੁਰੂ ਕੀਤਾ ਜਦੋਂ ਗਾਣਾ ਹਿੱਟ ਹੋਇਆ ਜੀ। ਉਦੋਂ ਤਾਂ ਬਹੁਤ ਜ਼ਿਆਦਾ ਹੁੰਦਾ ਸੀ ਉਹ ਵੀ। ਹਾਂਜੀ, ਉਸ ਵੇਲੇ ਬਹੁਤ ਜ਼ਿਆਦਾ ਸੀ ਜੀ। ਅਤੇ ਜਦੋਂ ਮੇਰੀ ਟੇਪ ਮੈਂ ਰਿਕਾਰਡ ਕੀਤੀ ਟੋਟਲ, ਇਹਦੇ ਮੇਰਾ 9,500-9,000 ਰੁਪਏ ਮੇਰਾ ਲੱਗਾ ਪੂਰੀ ਟੇਪ ਦੇ ਉੱਤੇ 8 ਗੀਤਾਂ ਦੇ। ਅਤੇ ਕਿਸ ਟੀਮ ਨਾਲ ਕੰਮ ਕੀਤਾ ਸੀਗਾ? ਇਹ ਮੈਂ ਵਰਿੰਦਰ ਬੱਚਨ ਜੀ ਨਾਲ ਕੰਮ ਕੀਤਾ, ਚੰਡੀਗੜ੍ਹ। ਅੱਛਾ ਜੀ। ਹਾਂ, ਅਤੇ ਗੌਰਮਤ ਹਰੇਨ, ਇਹ ਵੀ ਕੁਆਟਰ ਕੰਪਨੀ ਮੇਰੇ ਤੋਂ ਤਕਰੀਬਨ ਸ਼ੁਰੂ ਹੋਈ ਹੈ, ਜੇ ਫੇਮਸ ਹੋਈ ਹੈ ਕੰਪਨੀ ਸੁਖਵਿੰਦਰ ਪੰਛੀ ਤੋਂ ਸ਼ੁਰੂ ਹੋਈ ਹੈ ਜੀ। ਗੌਰਵ ਵੀ ਮੇਰਾ ਭਰਾ ਆ, ਵਰਿੰਦਰ ਬੱਚਨ ਜੀ, ਸੁਰਿੰਦਰ ਬੱਚਨ ਜੀ, ਇਹ ਸਾਰੇ ਆਪਣਾ ਇਸ ਟੀਮ ਨੇ ਸਹਿਯੋਗ ਦਿੱਤਾ, ਬਿਲਕੁਲ, ਅਤੇ ਗਾਣਾ ਹਿੱਟ ਹੋ ਗਿਆ ਸਾਡਾ। ਬਿਲਕੁਲ ਬਿਲਕੁਲ, ਗਾਣਾ ਬਹੁਤ ਜ਼ਿਆਦਾ ਹਿੱਟ, ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈਗਾ, ਲੋਕਾਂ ਦਾ ਪਿਆਰ ਹੈ ਜੀ। ਅਤੇ ਹੁਣ ਉਹਦੀਆਂ 2 ਲਾਈਨਾਂ ਪਹਿਲਾਂ ਆਪਾਂ ਸੁਣ ਲਈਏ, ਕਿਉਂਕਿ ਗੱਲਾਂ ਆਪਾਂ ਕਰ ਲਈਆਂ ਅਤੇ ਗਾਣਾ ਜ਼ਰੂਰ ਹੁਣ ਬਣਦਾ। ਲਓ ਜੀ। ਵੇਖੋ ਨੀ ਮੁੰਡਾ ਹੋ ਗਿਆ ਸ਼ਿਦਾਈ, ਕਹਿੰਦਾ ਮੈਂ ਕਹਿਰੂਗਾ ਨੀ ਹਿਸਾਬ ਪਾਈ ਪਾਈ, ਦੱਸੂਗਾ ਮੁਹੱਬਤਾਂ ਮੈਂ ਕਿੰਜੇ ਹੁੰਦੀਆਂ, ਦਿਲ ਵੱਟੇ ਦੇਵੇ ਪੈੜਾ ਛੱਲੇ ਮੁੰਦੀਆਂ ਨੀ ਦੇਵੇ, ਛੱਲੇ ਮੁੰਦੀਆਂ ਨੀ ਦੇਵੇ, ਛੱਲੇ ਮੁੰਦੀਆਂ, ਆਪ ਸ਼ਾਰੀ ਜਾ ਕੇ ਤੂੰ ਕਨੇਡਾ ਵਸਣਾ, ਅਸਾਂ ਪੈੜੇ ਆਵੇ ਦੁੱਖ ਕਿਹਨੂੰ ਦੱਸਣਾ, ਵੇ ਦੁੱਖ ਕਿਹਨੂੰ ਦੱਸਣਾ, ਕਹਿਰੋ ਕਹਿਰੀ ਵੇਖ ਪੰਛੀ ਗੱਲਾਂ ਹੁੰਦੀਆਂ, ਦਿਲ ਵੱਟੇ ਦੇਵੇ ਪੈੜਾ ਛੱਲੇ ਮੁੰਦੀਆਂ ਨੀ ਦੇਵੇ, ਛੱਲੇ ਮੁੰਦੀਆਂ ਨੀ ਦੇਵੇ, ਛੱਲੇ ਮੁੰਦੀਆਂ। ਕੀ ਬਾਤ ਹੈ, ਬਹੁਤ ਸੋਹਣਾ, ਜਿਵੇਂ ਮਤਲਬ ਕਿ ਓਰੀਜਨਲ ਸੁਣਿਆ ਉਵੇਂ ਹੀ ਆਵਾਜ਼, ਅੱਜ ਵੀ ਫੀਲ ਉਦਾਂ ਦਾ ਹੀ। ਥੈਂਕ ਯੂ ਜੀ, ਬਾਬਾ ਜੀ ਦੀ ਕਿਰਪਾ ਜੀ, ਸਾਡੀ ਕੀ ਔਕਾਤ ਹੈ ਮਹਾਰਾਜ, ਬਹੁਤ ਵਧੀਆ, ਮਾਲਕ ਦਾ ਗੋਡ ਗਿਆ, ਮਿਹਨਤ ਮਿਹਨਤ ਵੀ ਹੈ ਨਾ, ਜਿਵੇਂ ਤੁਸੀਂ ਅੱਜ ਤੱਕ। ਸਤਿ ਜੀ, ਥੈਂਕ ਯੂ ਤੁਹਾਡਾ, ਤੁਸੀਂ ਇੰਨਾ ਮਾਣ ਦਿੰਦੇ। ਪਹਿਲਾਂ ਤਾਂ ਮੈਨੂੰ ਜੀ ਗਾਣਾ ਬਹੁਤ ਉੱਪਰ ਲੱਗਦਾ, ਕਿਉਂਕਿ ਮੈਂ 90 ਦਾ, ਤੁਸੀਂ ਕਿਵੇਂ, ਤੁਹਾਡਾ ਗਾਣਾ 90 ਦੇ ਵਿੱਚ ਆ ਕੇ ਹਿੱਟ ਹੋ ਗਿਆ, ਉਦੋਂ ਦਾ ਮੇਰਾ ਬਰਥ ਹੈ ਵੈਸੇ ਤੁਹਾਨੂੰ, ਸਹੀ ਗੱਲ ਸਰ। ਗੱਲ ਇੱਦਾਂ ਨਾ ਵੀ ਹੁਣ ਜਿਹੜੀ ਤੁਸੀਂ ਕੁਰਸੀ 'ਤੇ ਬੈਠੇ ਆ ਉੱਥੇ ਸਾਨੂੰ ਜੀ ਹੀ ਕਹਿਣਾ ਚਾਹੀਦਾ, ਕਿਉਂਕਿ ਹੁਣ ਤੁਸੀਂ ਬਹੁਤ ਸਤਿਕਾਰ ਜੋ। ਨਹੀਂ ਨਹੀਂ, ਥੈਂਕ ਯੂ, ਤੁਹਾਡੀ ਬੜੀ ਮਿਹਰਬਾਨੀ ਹੈ, ਬਿਲਕੁਲ, ਇਹ ਤੁਹਾਡਾ ਆਪਣਾ ਟੈਲੈਂਟ, ਤੁਹਾਡੀ ਆਪਣੀ ਕਲਾ, ਤੁਹਾਡਾ ਆਪਣਾ ਪਿਆਰ ਹੈ ਜਿਹਦਾ ਅਸੀਂ ਰਿਸਪੈਕਟ ਕਰਦੇ ਹਾਂ, ਅਤੇ ਆਪਾਂ ਕੋਸ਼ਿਸ਼ ਕਰੀਦੀ ਹੈ ਥੋੜ੍ਹੀ ਬਹੁਤੀ ਕਿ ਚਲੋ ਜਿਵੇਂ ਹੁਣ ਨਵੀਂ ਪੀੜ੍ਹੀ ਦੇ ਨੂੰ ਹੈ ਨਾ ਥੋੜ੍ਹਾ ਇੰਟਰੋਡਿਊਸ ਕਰਵਾਈਏ ਜਿਹੜੇ ਪੁਰਾਣੇ ਲੈਜੈਂਡਸ ਹੈਗੇ, ਅਸੀਂ ਆਪਣੇ ਪ੍ਰੋਗਰਾਮ ਦੇ ਨਾਲ ਅਸੀਂ ਇਹੀ ਕੋਸ਼ਿਸ਼ ਕਰੀ ਦੀ ਹੈ ਕਿ ਆਪਾਂ ਵੱਧ ਤੋਂ ਵੱਧ ਲੈਜੈਂਡਸ ਨੂੰ ਇੱਥੇ ਲੈ ਕੇ ਆਈਏ, ਜਿਹਨਾਂ ਨੂੰ ਤਕਰੀਬਨ ਮੈਂ ਦੇਖਿਆ ਕਿ ਜਿਹੜੀ ਨਵੀਂ ਯੂਥ ਹੈਗੀ ਆ ਉਹ ਭੁੱਲਦੀ ਜਾ ਰਹੀ ਹੈ, ਹੈ ਨਾ, ਜਿਹੜੇ ਪੁਰਾਣੇ ਸਿੰਗਰਸ ਹੈਗੇ ਆ, ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਲੈ ਕੇ ਆਈਏ, ਅਤੇ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਆ, ਅਤੇ ਮੈਨੂੰ ਵੀ ਖੁਸ਼ੀ ਆ, ਮੈਨੂੰ ਵੀ ਇਸ ਲੜੀ ਦੇ ਵਿੱਚ ਸ਼ਾਮਲ ਕੀਤਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਥੋੜ੍ਹਾ ਬਾਕੀ ਹੋਰ ਅੱਗੇ ਬਾਰੇ, ਕਿ ਜਦੋਂ ਬਾਹਰ ਦਾ ਟੂਰ ਪਹਿਲਾਂ ਤੁਹਾਡਾ ਲੱਗਿਆ, ਤੁਹਾਡੇ ਕੰਟਰੋਵਰਸੀਜ਼ ਵੀ ਬਹੁਤ ਜ਼ਿਆਦਾ ਰਹੀਆਂ ਹੈ ਨਾ ਤੁਹਾਡੇ ਨਾਲ, ਤੁਹਾਡੇ ਇੱਕ ਸੁਖਵਿੰਦਰ ਪੰਛੀ ਦੇ ਨਾਂ ਦੇ ਨਾਲ ਕੋਈ ਨਾ ਕੋਈ ਚਰਚਾ ਹੈ ਨਾ, ਕੋਈ ਨਾ ਕੋਈ ਚਰਚਾ ਰਿਹਾ, ਉਹਦਾ ਕੀ ਕਾਰਨ ਰਿਹਾ? ਗੱਲ ਇੱਦਾਂ ਜੀ ਵੀ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਹੈ ਸੱਤੀ, ਅਤੇ ਫੁੱਲਾਂ ਦੇ ਨਾਲ ਕੰਡੇ ਤਾਂ ਹੁੰਦੇ ਹੀ ਆ ਜੀ, ਤੁਹਾਡੇ ਸੱਜਣ ਵੀ ਹੁੰਦੇ ਆ, ਦੁਸ਼ਮਣ ਵੀ ਹੁੰਦੇ, ਦੋਸਤ ਵੀ ਹੁੰਦੇ ਆ ਜੀ, ਜਿਹੜੇ ਸਾਡੀ ਚੜ੍ਹਾਈ ਨੂੰ ਨਹੀਂ ਜਰ ਸਕਦੇ ਉਹ ਫਿਰ ਸਾਡੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ, ਕਿਉਂਕਿ ਉਸ ਮੰਜ਼ਿਲ 'ਤੇ ਉਹ ਪਹੁੰਚ ਨਹੀਂ ਸਕਦੇ, ਉਹਨਾਂ ਲਈ ਉਹ ਮੰਜ਼ਿਲ ਤੈਅ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ, ਫਿਰ ਉਹ ਕਹਿੰਦੇ ਵੀ ਅਸੀਂ ਮੰਜ਼ਿਲ ਤਾਂ ਨਹੀਂ ਤੈਅ ਕਰ ਸਕਦੇ ਪਰ ਗੱਲਾਂ ਤਾਂ ਅਸੀਂ ਕਰ ਸਕਦੇ ਨਾ, ਉਹ ਤਾਂ ਸਾਰੇ ਕਰ ਸਕਦੇ ਆ, ਅਤੇ ਇਸ ਕਰਕੇ ਮੇਰੇ 'ਤੇ ਕਈ ਤਰ੍ਹਾਂ ਦੇ ਤੋਹਮਤਾਂ ਲੋਕਾਂ ਨੇ ਲਾਈਆਂ ਜੀ, ਪੰਛੀ ਕਬੂਤਰਬਾਜ਼ੀ ਕਰਦਾ ਆ, ਪੰਛੀ ਜੇ ਕਰਦਾ ਵੋ ਕਰਦਾ, ਉਹ ਗੱਲ ਇੱਦਾਂ ਜੀ, ਕਬੂਤਰਬਾਜ਼ੀ ਦਾ ਕਰੀ ਜਦੋਂ ਦੌਰ ਚੱਲਿਆ ਅਤੇ ਦਲੇਰ ਮਹਿੰਦੀ ਸਾਹਿਬ, ਸੁੱਖਾ ਦਿੱਲੀ ਵਾਲਾ, ਹੋਰ 2-4 ਗਾਉਣ ਵਾਲੇ ਕਬੂਤਰਬਾਜ਼ੀ ਦੇ ਕਿਸੇ 'ਚ ਵਿਚਾਰੇ ਫਸੇ ਸੀਗੇ, ਇਹ ਨਹੀਂ ਪਤਾ ਸੱਚ ਸੀ, ਇਹ ਨਹੀਂ ਪਤਾ ਝੂਠ ਸੀ, ਉਹਨਾਂ ਨੂੰ ਪਤਾ, ਉਹ ਮੇਰੇ ਪਿੰਡ ਦੇ ਵਿੱਚ ਮੇਰੇ ਬ੍ਰਦਰ
ਤੇ ਉਹ ਮੇਰੇ ਤੇ ਵੀ ਆ ਕੇਸ ਪੈ ਗਿਆ ਜੀ ਇੱਕ ਮੈਂ ਉਹ ਚੈੱਕ ਦਿੱਤਾ ਉਹਨਾਂ ਨੇ ਚੈੱਕ ਬਾਊਂਸ ਕਰਾ ਕੇ ਮੈਂ ਵਿਦਆਊਟ ਡੇਟਰ ਉਹਨਾਂ ਨੇ ਚੈੱਕ ਦਿੱਤਾ ਉਹਨਾਂ ਨੇ ਚੈੱਕ ਬਾਊਂਸ ਕਰਾ ਕੇ ਤੇ ਉਹਨੂੰ ਮੇਰੇ ਤੇ ਕੇਸ ਕਰ ਦਿੱਤਾ ਪਰ ਚੈੱਕ ਬਾਊਂਸ ਇੱਦਾਂ ਕਿਵੇਂ ਹੋ ਸਕਦਾ ਜਿਵੇਂ ਤੁਹਾਡੇ ਅਕਾਊਂਟ 'ਚ ਜੇ ਪੈਸੇ ਹੈਗੇ ਫਿਰ ਬਾਊਂਸ ਤਾਂ ਹੋ ਨਹੀਂ ਸਕਦਾ ਵੈਸੇ ਗੱਲ ਇਹ ਤਾਂ ਮੈਂ ਜਦੋਂ ਉਹਨਾਂ ਨੇ ਚੈੱਕ ਦਿੱਤਾ ਸੀ ਨਾ ਜਿਹੜੀ ਡੇਟ ਦਾ ਚੈੱਕ ਦਿੱਤਾ ਸੀ ਉਹਨਾਂ ਨੂੰ ਮੈਂ ਕਿਹਾ ਵੀ ਆਹ 3 ਮਹੀਨੇ ਬਾਅਦ ਦਾ ਚੈੱਕ ਆ ਉਹਨਾਂ ਨੇ ਪਹਿਲਾਂ ਚੈੱਕ ਲਾਤਾ ਬੈਂਕ ਦੇ ਵਿੱਚ ਜੀ ਤੇ ਉਹਨਾਂ ਨੇ ਚੈੱਕ ਬਾਊਂਸ ਕਰਾ ਲਿਆ ਡੇਟ ਨਹੀਂ ਪਾਈ ਸੀਗੀ ਵਿਦਆਊਟ ਡੇਟ ਮੈਂ ਉਹਨਾਂ ਨੂੰ ਚੈੱਕ ਦਿੱਤਾ ਸੀ ਡੇਟ ਉਹਨਾਂ ਨੂੰ ਭਰ ਕੇ ਤਾਂ ਉਹਨਾਂ ਨੇ ਵੀ ਉਹ ਮੇਰੇ ਬ੍ਰਦਰ ਦਾ ਕੋਈ ਰੌਲਾ ਸੀ ਉਹਨਾਂ ਨਾਲ ਜੀ ਕੋਈ ਲੜਾਈ ਝਗੜੇ ਦਾ ਸੀ ਉਹਨਾਂ ਨੇ ਉਹਨਾਂ ਨੇ ਵਿੱਚ ਫਿਰ ਮੈਨੂੰ ਵੀ ਫਸਾ ਦਿੱਤਾ ਉਹਨਾਂ ਨੇ ਕਿਹਾ ਵੀ ਪੰਛੀ ਦੇ ਭਰਾ ਨੂੰ ਕੌਣ ਜਾਣਦਾ ਪੰਛੀ ਨੂੰ ਦੁਨੀਆ ਜਾਣਦੀ ਹੈ ਜੀ ਇਸ ਕਰਕੇ ਮੇਰੇ ਤਾਂ ਫਿਰ ਕਬੂਤਰਬਾਜ਼ੀ ਦਾ ਕੇਸ ਜਿੱਦਾਂ ਵੀ ਹਾਂ ਉਹ ਤਾਂ ਪੈ ਗਿਆ ਕਾਫੀ ਜ਼ਿਆਦਾ ਚਰਚਾ ਰਹੀ ਸੀ ਉਹ ਬਹੁਤ ਜ਼ਿਆਦਾ ਚਰਚਾ ਰਹੀ ਉਹ ਜਿੱਥੇ ਵੀ ਜਾਣਾ ਅੱਜ ਕੱਲ੍ਹ ਲੋਕ ਪੁੱਛਦੇ ਕਬੂਤਰਬਾਜ਼ੀ ਦਾ ਕੇਸ ਖਤਮ ਹੋ ਗਿਆ ਮੈਂ ਕਿਹਾ ਮੇਰੇ ਤਾਂ ਕੇਸ ਚੱਲਦਾ ਹੈ ਕੋਈ ਨਹੀਂ ਪ੍ਰੋਬਲਮ ਆ ਕਾਫੀ ਟਾਈਮ ਬਾਅਦ ਤੁਸੀਂ ਕਮਬੈਕ ਵੀ ਕੀਤਾ ਤੇ ਕਾਫੀ ਦੇਰ ਗਾਇਬ ਤੇ ਕਾਫੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਬਾਰੇ ਬਣਦੀਆਂ ਕਾਫੀ ਕਰਦੇ ਚਲੋ ਲੋਕਾਂ ਦਾ ਧੰਨਵਾਦ ਹੈ ਜੀ ਤੇ ਕਿਸੇ ਨਾ ਕਿਸੇ ਬਹਾਨੇ ਮੈਨੂੰ ਸੱਤੀ ਚੇਤੇ ਕਰਦੇ ਆ ਤੇ ਮੈਂ ਲੋਕਾਂ ਦਾ ਬਹੁਤ ਧੰਨਵਾਦ ਹੈ ਮੈਨੂੰ ਕਿਸੇ ਨਾ ਕਿਸੇ ਬਹਾਨੇ ਦਾ ਚੇਤੇ ਤਾਂ ਕਰਦੇ ਨਾ ਜੀ ਪਰ ਇੱਕ ਤਾਂ ਤੁਸੀਂ ਬਹੁਤ ਜਦੋਂ 90s ਦੇ ਵਿੱਚ ਸ਼ੁਰੂਆਤ ਕੀਤੀ ਤੁਹਾਡਾ ਗਾਣਾ ਸੁਪਰ ਡੁਪਰ ਹਿੱਟ ਹੋ ਗਿਆ ਹੈ ਨਾ ਜੀ ਉਸ ਤੋਂ ਬਾਅਦ ਤੁਹਾਡੇ ਸ਼ੋਅਜ਼ ਵੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਮਤਲਬ ਕਿ ਪੂਰਾ ਨਾਮ ਹਰ ਪਾਸੇ ਸੀਗਾ ਤੇ ਉਸ ਤੋਂ ਬਾਅਦ ਜਦੋਂ ਇੱਦਾਂ ਦੇ ਵਾਦ ਵਿਵਾਦ ਜੇ ਖੜੇ ਹੋਏ ਸ਼ੋਅਜ਼ ਦੇ ਵਿੱਚ ਪ੍ਰੋਬਲਮ ਵੀ ਆਉਂਦੀ ਹੋਣੀ ਨਹੀਂ ਜਿਹੜੇ ਸਾਨੂੰ ਪਿਆਰ ਕਰਦੇ ਆ ਜਾਂ ਜਿਹੜੇ ਸਾਡੇ ਸਰੋਤੇ ਆ ਜਾਂ ਸਾਡੇ ਗੀਤ ਸੁਣਨ ਵਾਲੇ ਲੋਕ ਆ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਦੀ ਕੋਈ ਬਾਹਲੀ ਨਹੀਂ ਮਹਿਣਾ ਹੁੰਦਾ ਉਹਨਾਂ ਨੂੰ ਇਹ ਜਿਹੜੇ ਸਾਡੇ ਦੁਸ਼ਮਣ ਹੁੰਦੇ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਹੁੰਦੀਆਂ ਥੋੜ੍ਹੀਆਂ ਜਿਹੀਆਂ ਵੀ ਪੰਛੀ ਨੇ ਜੇ ਕਰਤਾ ਉਹ ਸਾਨੂੰ ਮਸ਼ਹੂਰ ਕਰਦੇ ਸਮੇਂ ਤਾਂ ਸਾਨੂੰ ਤਾਂ ਖੁਸ਼ੀ ਹੁੰਦੀ ਆ ਵੀ ਸਾਡੀ ਚਰਚਾ ਕਰਨ ਵਾਲੇ ਬੰਦੇ ਚਾਹੀਦੇ ਥੋੜ੍ਹੇ ਵਾਲੇ ਜਿਹੜੇ ਸਾਨੂੰ ਲੋਕਾਂ ਤੱਕ ਪਹੁੰਚਾਈ ਰੱਖਣ ਕੋਈ ਨਾ ਕੋਈ ਗੱਲ ਸਾਡੀ ਫਵਾਹ ਉਡਾਈ ਰੱਖਣ ਚਰਚਾ 'ਚ ਰਹੀ ਅਸੀਂ ਜੀ ਪਰ ਮੈਂ ਇਹ ਵੀ ਸੁਣਿਆ ਤੁਹਾਡੇ ਬਾਰੇ ਕਿ ਤੁਸੀਂ ਸ਼ੋਅਜ਼ ਵੀ ਕਾਫੀ ਦੇਰ ਵਾਸਤੇ ਪੋਸਟਪੋਨ ਕਰਦੇ ਬੰਦ ਕਰਦੇ ਸੀਗੇ ਹਾਂ ਨਹੀਂ ਮੈਂ ਜਦੋਂ ਪ੍ਰੋਗਰਾਮ ਜਦੋਂ ਫਿਰ ਮੈਂ ਥੋੜ੍ਹਾ ਜਿਹਾ ਮੇਰਾ ਕੇਸ ਹੋਇਆ ਸੀ ਨਾ ਜੀ ਉਹ ਫਿਰ ਥੋੜ੍ਹਾ ਜਿਹਾ ਖਮੋਸ਼ ਜਿਹਾ ਮੈਂ ਹੋ ਗਿਆ ਥੋੜ੍ਹਾ ਜਿਹਾ ਫਿਰ ਬੰਦਾ ਸੋਚਦਾ ਵੀ ਐਵੇਂ ਨਜਾਇਜ਼ ਹੀ ਮੇਰੇ ਨਾਲ ਹੋ ਗਈ ਆ ਫਿਰ ਥੋੜ੍ਹੀ ਜਿਹੀ ਬੇਇੱਜ਼ਤੀ ਬੰਦਾ ਮਹਿਸੂਸ ਤਾਂ ਜ਼ਰੂਰ ਕਰਦਾ ਆ ਜੀ ਅਤੇ ਫਿਰ ਸੱਜਣਾ ਮਿੱਤਰ ਨੇ ਕਿਹਾ ਨਹੀਂ ਤੂੰ ਸੱਚਾ ਤਾਂ ਲੋਕਾਂ ਦੇ ਵਿੱਚ ਜਾ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਗਾਣਾ ਫੇਵਰੇਟ ਸਾਡਾ ਸਾਰਿਆਂ ਦਾ ਮੇਰਾ ਈਵਨ ਕਿ ਆਪ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਹੈ ਨਾ ਉਹ ਸਾਰਿਆਂ ਦੀ ਜ਼ੁਬਾਨ 'ਤੇ ਰੀਮਿਕਸ ਹੋ ਕੇ ਵੀ ਆਇਆ ਪਹਿਲਾਂ ਓਰੀਜਨਲ ਕੱਢਿਆ ਫਿਰ ਰੀਮਿਕਸ ਹੋ ਕੇ ਉਹ ਵੀ ਉਵੇਂ ਚੱਲਿਆ ਸੁਪਰ ਡੁਪਰ ਹਿੱਟ ਰਿਹਾ ਗਾਣਾ ਅਤੇ ਉਹਦੇ ਬਾਰੇ ਆਪਾਂ ਪਹਿਲਾਂ ਦੋ ਲਾਈਨਾਂ ਹੋ ਜਾਣ ਫਿਰ ਉਸ ਤੋਂ ਬਾਅਦ ਉਹਦੇ ਬਾਰੇ ਆਪਾਂ ਗੱਲ ਵੀ ਕਰਦੇ ਨੀ ਮਿੱਠੇ ਲਾਰੇ ਲਾ ਕੇ ਮੁਕਰ ਗਈ ਤੂੰ ਛੱਲੇ ਮੁੰਦੀਆਂ ਪੰਛੀ ਦੀਆਂ ਪਾ ਕੇ ਮੁਕਰ ਗਈ ਨੀ ਝੂਠੀਆਂ ਕਸਮਾਂ ਖਾ ਕੇ ਮੁਕਰ ਗਈ ਸੌ ਸੌ ਕਸਮਾਂ ਖਾ ਕੇ ਮੁਕਰ ਗਈ ਸਭ ਕੁਝ ਲੁੱਟ ਲਿਆ ਤੈਂ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਕਰ ਗਏ ਨੇ ਪੰਛੀ ਨਾਲ ਧੋਖਾ ਨੀ ਆਪਣੇ ਯਾਰ ਪਿਆਰੇ ਹਾਏ ਆਪਣੇ ਯਾਰ ਪਿਆਰੇ ਨੀ ਆਪਣੇ ਯਾਰ ਪਿਆਰੇ ਹੋ ਪਾ ਕੇ ਪਿਆਰ ਵੇਖੇ ਅਲਮਸਤ ਨੇ ਆ ਲੋਕ ਬੜੇ ਹਥਿਆਰੇ ਨੀ ਲੋਕ ਬੜੇ ਹਥਿਆਰੇ ਨੀ ਲੋਕ ਬੜੇ ਹਥਿਆਰੇ ਹੋ ਜਿਹੜੀ ਗੱਲੋਂ ਨੀ ਚੱਲੀਏ ਯਾਰ ਸੀ ਡਰਦੇ ਆ ਟੁੱਟ ਗਈ ਯਾਰੀ ਨੀ ਹੁਣ ਤਾਂ ਦੁੱਖੜੇ ਜਰਦੇ ਜਿਨ੍ਹਾਂ ਥਾਵਾਂ ਤੇ ਪਿਆਰ ਸੀ ਕਰਦੇ ਨੀ ਜਿੱਥੇ ਆਪਾਂ ਮਿਲਦੇ ਹੁੰਦੇ ਸੀ ਰੋਂਦੇ ਨੇ ਉੱਥੇ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਵਧੀਆ ਲੱਗਿਆ ਗਾਣਾ ਤੁਸੀਂ ਤੇ ਹੁਣ ਆਪਾਂ ਜੇ ਗੱਲ ਕਰੀਏ ਤੁਹਾਡੇ ਨਾਂ ਦੀ ਪੰਛੀ ਹੈ ਨਾ ਉਹ ਨਾਮ ਦੇ ਪਿੱਛੇ ਕਿਵੇਂ ਲਾਇਆ ਵੱਖਰਾ ਜਿਹਾ ਨਾਮ ਹੈ ਨਾ ਉਹ ਸੱਤੀ ਜਦੋਂ ਮਾਨਕ ਸਾਹਿਬ ਮੈਨੂੰ ਲੈ ਕੇ ਗਿਆ ਨਾ ਦਫ਼ਤਰ ਮੈਂ ਗਿਆ ਮਾਨਕ ਸਾਹਿਬ ਦੇ ਮੈਨੂੰ ਸ਼ੌਕ ਬੜਾ ਹੁੰਦਾ ਸੀ ਅੱਛਾ ਜੀ ਕਦੀ ਉਸਤਾਦ ਜੀ ਨੇ ਮੈਨੂੰ ਇੱਧਰ ਨੂੰ ਤੋਰ ਦੇਣਾ ਕਦੀ ਦਾਰੂ ਲਿਆ ਹੋਏ ਉੱਥੇ ਰੋਟੀ ਲਿਆ ਹੋਏ ਉਹ ਫਲਾਨੀ ਚੀਜ਼ ਲਿਆ ਮੇਰੇ ਕੱਪੜੇ ਪ੍ਰੈਸ ਕਰਾ ਲਿਆ ਮੇਰੀ ਪੱਗ ਨੂੰ ਮਾਵਾ ਲਵਾ ਲਿਆ ਉਸਤਾਦ ਜੀ ਨੇ ਕਹਿੰਦਾ ਥੱਕਦਾ ਨਹੀਂ ਤੂੰ ਟੈਕੇ ਨਹੀਂ ਪੈਂਦਾ ਤੂੰ ਮੈਂ ਕਿਹਾ ਹਾਂਜੀ ਮੈਂ ਉਸਤਾਦ ਜੀ ਮੇਰੇ ਟੈਕ ਦਾ ਘੱਟ ਹੀ ਆਵਾਂ ਕਹਿੰਦੇ ਤੂੰ ਨਾ ਉਡਾਰੀਆਂ ਲਾਉਣਾ ਅੰਬਰਾਂ 'ਚ ਤੂੰ ਤੇਰਾ ਨਾਂ ਪੰਛੀ ਰੱਖ ਦੇਣਾ ਮੈਂ ਕਿਹਾ ਜੀ ਥੈਂਕ ਯੂ ਤੁਸੀਂ ਮੇਰਾ ਨਾਂ ਰੱਖਿਆ ਇਹ ਮੇਰਾ ਨਾਂ ਜਿਹੜਾ ਦੋਸਤੋ ਸ਼੍ਰੀ ਕੁਲਦੀਪ ਮਾਣਕ ਜੀ ਲੋਕ ਥਾਵਾਂ ਦੇ ਕਲੀਆਂ ਦੇ ਬਾਦਸ਼ਾਹ ਮੇਰੇ ਉਸਤਾਦ ਜੀ ਨੂੰ ਰੱਖਿਆ ਆਈ ਐਮ ਵੈਰੀ ਲੱਕੀ ਮੈਨੂੰ ਪ੍ਰਾਊਡ ਮਹਿਸੂਸ ਹੁੰਦਾ ਜਦੋਂ ਮੇਰਾ ਨਾਂ ਲੋਕ ਪੰਛੀ ਲੈਂਦੇ ਆ ਅਤੇ ਮੈਨੂੰ ਉਸਤਾਦ ਜੀ ਦੀ ਉਹ ਸਾਰੀ ਫਿਲਮ ਯਾਦ ਆ ਜਾਂਦੀ ਹੈ ਜਿਹੜੀ ਉਸਤਾਦ ਜੀ ਨੇ ਮੇਰੇ ਨਾਂ ਦੇ ਪਿੱਛੇ
ਕਿਆ ਬਾਤ ਹੈ, ਕਿਉਂਕਿ ਮੈਮਰੀਜ਼ ਜੁੜੀਆਂ ਹੁੰਦੀਆਂ ਨੇ, ਇਹ ਗੱਲਾਂ ਸਿਰਫ ਤੁਹਾਨੂੰ ਹੀ ਪਤਾ। ਇਸੇ ਕਰਕੇ ਸ਼ੋਅ ਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰੀ ਦੀ ਕਿ ਜਿਹੜੀਆਂ ਪੁਰਾਣੀਆਂ ਲੁਕੀਆਂ ਛਿਪੀਆਂ ਗੱਲਾਂ ਨਾ ਉਹ ਲੈ ਕੇ ਆਈਏ ਸ਼ੋਅ ਦੇ ਵਿੱਚ। ਮੈਂ ਸੱਤੀ ਜੀ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ, ਜਦੋਂ ਪਹਿਲੀ ਵਾਰੀ ਇਹ ਅੱਜ ਮੈਂ ਦੁਨੀਆ ਦੀ ਪਹਿਲੀ ਇੰਟਰਵਿਊ 'ਚ ਮੈਂ ਕਰ ਰਿਹਾ ਸ਼ੇਅਰ ਜੀ, ਜਦੋਂ ਕੁਲਦੀਪ ਮਾਣਕ ਜੀ 1978 ਦੇ ਵਿੱਚ ਮਿਲੇ ਨਾ ਮੈਨੂੰ, ਹਾਂਜੀ, ਮੈਨੂੰ ਉਹਨਾਂ ਇੱਕ ਕਾਰਡ ਦਿੱਤਾ ਸੀ ਉਹਨਾਂ ਨੇ, ਵੈਸਟਰਨ ਕਾਰਡ, ਹਾਂਜੀ, ਉਹ ਮੇਰੇ ਕੋਲ ਅੱਜ ਵੀ ਹੈਗਾ। ਕਿਆ ਬਾਤ ਹੈ, ਮੈਂ ਸਾਂਭ ਕੇ ਰੱਖਿਆ। ਸਭ ਤੋਂ ਵੱਡੀ ਦੌਲਤ ਮੈਂ ਕਹਿ ਸਕਦਾ, ਸਭ ਤੋਂ ਵੱਡੀ ਨਿਸ਼ਾਨੀ ਉਸਤਾਦ ਜੀ ਦੀ ਯਾਦਾਂ ਮੇਰੇ ਕੋਲ ਹੈਗੀ ਜੀ। ਮੈਂ ਤੁਹਾਨੂੰ ਆਫਟਰ ਇੰਟਰਵਿਊ ਦਿਖਾਊਂਗਾ ਮੇਰੇ ਕੋਲ ਕਾਪੀ ਦੇ ਵਿੱਚ। ਕਿਆ ਯਾਦਾਂ ਯਾਦਾਂ, ਬਹੁਤ ਵਧੀਆ ਜੀ, ਬਹੁਤ ਵਧੀਆ ਲੱਗਿਆ। ਕਿੰਨੀ ਰਿਸਪੈਕਟ ਕਰਦੇ ਹੋ ਹੈ ਨਾ ਇੱਕ ਉਸਤਾਦ ਦੀ, ਮੈਂ ਦੇਖੋ ਹਰ ਚੀਜ਼ ਸਾਂਭ ਕੇ ਰੱਖੀ ਹੈ ਜੀ, ਇਹ ਅਸਲੀ ਰਿਸਪੈਕਟ ਕਹਿੰਦੇ ਹਾਂ। ਹਾਂਜੀ, ਅਤੇ ਆਪਾਂ ਹੁਣ ਗੱਲ ਕਰਦੇ ਹਾਂ ਜਿਵੇਂ ਗਾਣਾ ਸੁਣਾਇਆ ਤੁਸੀਂ, ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ, ਹੈ ਨਾ, ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਮਤਲਬ ਕਿ ਜਦੋਂ ਇਹ ਆਇਆ ਬਹੁਤ ਸੁਪਰ ਡੁਪਰ ਹਿੱਟ ਗਾਣਾ ਰਿਹਾ ਹੈ ਨਾ, ਤਾਂ ਇਹਦੇ ਬਾਰੇ ਥੋੜ੍ਹਾ ਦੱਸੋ ਟੀਮ ਬਾਰੇ, ਅਤੇ ਗਾਣਾ ਕਿਵੇਂ ਦਾ ਰਿਸਪੋਂਸ ਰਿਹਾ, ਕਿਵੇਂ ਹਿੱਟ ਤਾਂ ਰਿਹਾ ਹੀ, ਮਤਲਬ ਕਿ ਜੇ ਓਰੀਜਨਲ ਆਪਾਂ ਗੱਲ ਕਰੀਏ, ਕਿਉਂਕਿ ਉਦੋਂ ਕੈਸੇਟਾਂ ਔਰ ਇਹੀ ਵਿਕਦਾ ਸੀਗਾ। ਹਾਂਜੀ ਹਾਂਜੀ, ਅਤੇ ਉਹ ਸੱਤੀ ਜੀ ਇੱਕ ਪ੍ਰੋਗਰਾਮ ਤੋਂ ਆਇਆ ਸੀ ਬੇਗੋਵਾਲ ਵੱਲੋਂ, ਅਤੇ ਉਦੋਂ ਐਸਟੀਡੀਆਂ ਹੁੰਦੀਆਂ ਸੀਗੀਆਂ, ਅਤੇ ਐਸਟੀਡੀ ਤੱਕ ਇੱਕ ਮੁੰਡਾ ਫੋਨ ਕਰ ਰਿਹਾ ਸੀਗਾ। ਅੱਛਾ ਜੀ, ਉਹ ਪਤਾ ਨਹੀਂ ਕਿਸੇ ਨਾਲ ਲੜ ਰਿਹਾ ਸੀ, ਆਪਣੀ ਮਾਂ ਨਾਲ ਲੜ ਰਿਹਾ ਸੀ, ਆਪਣੀ ਭੈਣ ਨਾਲ ਜਾਂ ਘਰ ਵਾਲੀ ਨਾਲ, ਪਤਾ ਨਹੀਂ, ਉਹ ਵਾਰ ਵਾਰ ਇਹ ਲੈਨ ਕਰੀ ਜਾਵੇ, ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ। ਅੱਛਾ ਜੀ, ਉਹ ਮੇਨ ਜੋ 10-15 ਵਾਰੀ ਉਹਨੂੰ ਬੋਲਿਆ ਨਾ ਘੜੀ ਕੁ ਪਿੱਛੋਂ ਨਾ, ਵੀ ਉਹ ਬਲਡੇ ਬੋਲਦਾ ਕਰੇ। ਅੱਛਾ, ਵੀ ਹੁਣ ਤੁਹਾਨੂੰ ਮੈਂ ਚੰਗਾ ਨਹੀਂ ਲੱਗਦਾ, ਹੁਣ ਜੇ ਹੈ ਉਹ ਹੈ, ਆਮ ਜਿਹੀ ਗੱਲ ਹੈ ਨਾ, ਉਹ ਆਮ ਜਿਹੀ ਗੱਲ ਆ। ਉਹ ਮੈਂ ਸੋਚਿਆ ਵੀ ਇਹ ਜਿਹੜੇ ਲੈਨ ਆ ਵੀ ਇਹ ਲੈਨ ਚੰਗੀ ਆ। ਬਿਲਕੁਲ ਬਿਲਕੁਲ, ਅਕਸਰ ਜਿਹੜੀਆਂ ਆਮ ਜਿਹੀਆਂ ਲਾਈਨਾਂ ਆਪਾਂ ਵਰਤਦੇ ਹਾਂ, ਹਾਂ, ਉਹ ਚੀਜ਼ਾਂ ਜ਼ਿਆਦਾ ਚੱਲਦੀ। ਇਹ ਫਿਰ ਲੈਨ ਜੀ, ਮੈਂ ਨਾ ਇੱਥੋਂ ਗੱਡੀ 'ਚ ਆ ਕੇ ਬੈਠਾ, ਮੈਂ ਵੀ ਐਸਟੀਡੀ ਤੋਂ ਫੋਨ ਕਰਨਾ ਸੀ ਬਾਹਰੋਂ। ਹਾਂਜੀ, ਅਤੇ ਜਦੋਂ ਆਫਟਰ ਮੈਂ ਫੋਨ ਕਰਕੇ ਗੱਡੀ ਦੇ ਵਿੱਚ ਆਇਆ, ਅਤੇ ਇਹ ਮੈਂ ਲੈਨ ਨਾ ਵਰਕੇ ਦੇ ਉੱਤੇ ਲਿਖ ਲਈ ਜੀ, ਵਰਕੇ ਉੱਤੇ ਲਿਖ ਕੇ ਤਾਂ ਮੈਂ ਇਹਦਾ ਵਰਕ ਕਰਨਾ ਸ਼ੁਰੂ ਕਰਤਾ। ਮੈਂ ਕਿਹਾ ਵੀ ਇਹ ਜਿਹੜਾ ਟਾਈਟਲ ਆ ਵੀ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ, ਵੀ ਇਹਨੂੰ ਜੇ ਆਪਾਂ ਕਲਮਬੰਦ ਕਰੀਏ ਤਾਂ ਗਾਣਾ ਬਣ ਸਕਦਾ। ਅਤੇ ਫਿਰ ਮੈਂ ਇਹਦਾ ਇੱਕ ਅੰਤਰਾ ਅਤੇ ਇੱਕ ਸਥਾਈ ਮੈਂ ਥੋੜ੍ਹੇ ਦਿਨਾਂ ਵਿੱਚ ਲਿਖ ਲਿਆ। ਉਹ ਮੇਰੇ ਇੱਕ ਦਿਮਾਗ 'ਚ ਫਸ ਗਿਆ ਵੀ ਇਹਨੂੰ ਆਪਾਂ ਲਿਖਣਾ। ਤੁਸੀਂ ਲਿਖਣ ਦਾ ਵੀ ਸ਼ੌਂਕ ਰੱਖ? ਹਾਂ, ਮੈਂ ਲਿਖ ਲੈਂਦਾ ਜੀ ਥੋੜ੍ਹਾ ਬਹੁਤ। ਅਤੇ ਮੈਂ ਫਿਰ ਗਾਣਾ ਇਹ ਇੱਕ ਅੰਤਰਾ ਉਹ ਸਥਾਈ ਲਿਖਿਆ ਜੀ, ਅਤੇ ਫਿਰ ਮੈਂ ਕਈ ਰਾਈਟਰਾਂ ਨੂੰ ਦਿੱਤਾ ਇਹਨੂੰ ਵੀ ਗਾਣਾ ਲਿਖਣਾ, ਉਹਨਾਂ ਕੋਲੋਂ ਨਿਭਾ ਨਹੀਂ ਹੋਇਆ ਜੀ। ਜਿੱਦਾਂ ਰਾਣਾ ਬਿੰਡਲ ਵਾਲਾ, ਉਹਨੂੰ ਵੀ ਮੈਂ ਕਿਹਾ ਗਾਣਾ ਲਿਖਦੇ, ਉਹ ਮੇਰੇ ਨਾਲ ਹੁੰਦਾ ਸੀ, ਉਹਦੇ ਕੋਲ ਵੀ ਗੱਲ ਨਹੀਂ ਬਣੀ, ਉਹਨੂੰ ਉਹਦੀ ਸੈਂਸ ਜਿਹੜੀ ਹੋਰ ਪਾਸੇ ਨੂੰ ਲੈ ਗਿਆ। ਫਿਰ ਮੈਂ ਉਸਤਾਦ ਸ਼ਹਿਰ ਅਲਮਸਤ ਦੇਸਰਪੁਰੀ ਸਾਹਿਬ ਜੀ, ਉਹਨਾਂ ਕੋਲੋਂ ਮੈਂ ਕਿਹਾ ਉਸਤਾਦ ਜੀ ਇਹ ਗਾਣਾ, ਉਹ ਕਹਿੰਦੇ ਮੈਨੂੰ ਬਈ ਮੈਂ ਲਿਖ ਕੇ ਦਿੰਦਾ। ਉਹਨਾਂ ਨੇ ਫਿਰ ਮੈਨੂੰ ਸੱਤੀ ਗਾਣਾ ਲਿਖ ਕੇ ਦਿੱਤਾ ਜੀ। ਉਹਨਾਂ ਨੇ ਫਿਰ ਇੱਦਾਂ ਨਿਭਾਇਆ ਨਾ ਗਾਣੇ ਨੂੰ ਵੀ ਜਿੱਦਾਂ ਰੀਅਲ ਸਟੋਰੀਆਂ ਪੂਰਾ ਕੰਟੀਨਿਊਟੀ ਆ, ਜਿੱਦਾਂ ਵੀ ਰੂਟ ਵਾਈਜ਼ ਕੋਈ ਚੀਜ਼ ਚੱਲਦੀ ਸੀ, ਉਹ ਫਿਰ ਉਹ ਹੀ ਜੋ ਚਾਹੀਦਾ ਸੀ ਗਾਣੇ ਦੇ ਵਿੱਚ ਉਹ ਫਿਰ ਉਹਨੂੰ ਲਿਖ ਕੇ ਦਿੱਤਾ। ਹਾਂ, ਉਹ ਪ੍ਰੋਪਰ ਫਿਰ ਗਾਣੇ ਨੂੰ ਉਹ ਟ੍ਰੀਟਮੈਂਟ ਜਦੋਂ ਮਿਲੀ ਹਾਂਜੀ ਸ਼ਬਦਾਂ ਨੂੰ, ਅਤੇ ਫਿਰ ਉਹਦੀ ਕੰਪੋਜੀਸ਼ਨ ਵੀ ਮੈਂ ਸਿੱਧੀ ਸਿੱਧੀ ਕੰਪੋਜੀਸ਼ਨ ਉਹਦੀ ਰੱਖੀ। ਮੈਂ ਕੋਈ ਇਹ ਨਹੀਂ ਸੋਚਿਆ ਸੀ ਵੀ ਗਾਣਾ ਹਿੱਟ ਹੋਊਗਾ ਜੀ, ਜਾਂ ਮੈਂ ਇਹ ਨਹੀਂ ਸੋਚ ਕੇ ਬਣਾਇਆ ਵੀ ਗਾਣਾ ਹਿੱਟ ਹੋਊਗਾ, ਮੈਂ ਉਹ ਸੋਚਿਆ ਸੀ ਵੀ ਇਹ ਲੈਨ ਚੰਗੀ ਆ। ਹਾਂਜੀ, ਅਤੇ ਫਿਰ ਅਸੀਂ ਇਹ ਗਾਣੇ ਨੂੰ ਨਾ ਅਰਵਿੰਦ ਮਿਸ਼ਰਾ ਕੋਈ ਮੁੰਡਾ ਸੀਗਾ ਜੰਮੂ ਕਸ਼ਮੀਰ ਦਾ ਜੀ, ਅਤੇ ਉਹ ਫਿਰ ਅਸੀਂ ਇਹਨੂੰ ਦਿੱਲੀ ਰਿਕਾਰਡ ਕੀਤਾ, ਅਤੇ ਫਿਰ ਕਾਫੀ ਕੰਪਨੀਆਂ ਨੂੰ ਇਹ ਦਿਖਾਇਆ, ਅਤੇ ਫਿਰ ਉਹ ਕਿਸੇ ਨੇ ਕੋਈ ਸਾਨੂੰ ਡੀਲ ਦਿੰਦਾ ਸੀ, ਕੋਈ ਕੋਈ ਡੀਲ ਦਿੰਦਾ, ਫਿਰ ਗੌਰਵ ਨੇ ਸਾਡਾ ਕੈਟਰਕ ਤੋਂ ਇਹ ਮੇਰਾ ਗਾਣਾ ਆਇਆ। ਹਾਂਜੀ, ਫਿਰ ਉਹਦਾ ਟਾਈਟਲ ਵੀ ਇਹ ਰੱਖਿਆ ਮਿੱਠੇ ਲਾਰੇ। ਅੱਛਾ, ਹਾਂਜੀ ਬਿਲਕੁਲ। ਹਾਂਜੀ, ਅਤੇ ਫਿਰ ਇਹ ਗਾਣਾ ਜੀ ਉਹਦਾ ਵੀਡੀਓ ਬਣਾਇਆ। ਹਾਂਜੀ, ਅਤੇ ਫਿਰ ਇਹਦਾ ਗਾਣਾ ਲੋਕਾਂ ਨੂੰ ਬਹੁਤ ਪਸੰਦ ਕੀਤਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ, ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਇੱਕ ਸੁਖਵਿੰਦਰ ਪੰਛੀ। ਮੈਨੂੰ ਲੱਗਦਾ ਅੱਜ ਦੀ ਮੁਲਾਕਾਤ ਤੁਹਾਨੂੰ ਸਾਡੀ ਬਹੁਤ ਪਸੰਦ ਆਈ ਹੋਊਗੀ। ਮੈਂ ਸਤਵੀਰ ਸੱਤੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ ਤੁਹਾਡੇ ਰੂਬਰੂ ਕਰਾਇਆ। ਅਤੇ ਦੋਸਤੋ, ਜੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਪਲੀਜ਼ ਆਪਣਾ ਇੱਕ ਪਿਆਰੀ ਜਿਹੀ ਕਲਿੱਕ ਦੇ ਕੇ ਆਪਣੇ ਚੈਨਲ ਨੂੰ ਸ਼ੇਅਰ ਕਰੋ ਅਤੇ ਪ੍ਰਮੋਟ ਕਰੋ, ਸਪੋਰਟ ਕਰੋ। ਤੁਹਾਡਾ ਰੱਬ ਰੱਖਾ।